ਹਾਂਜੀ ਦੋਸਤੋ, ਮੈਂ ਜੱਸਾ ਮੜੀ ਵਾਲਾ ਆਪ ਸਭ ਦਾ ਸਵਾਗਤ ਕਰਦਾ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ। ਜੇਕਰ ਤੁਸੀਂ ਆਪਣੇ ਚੈਨਲ 'ਤੇ ਪਹਿਲੀ ਵਾਰ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰਕੇ ਨਾਲ ਘੰਟੀ ਵਾਲੇ ਬਟਨ ਨੂੰ ਜ਼ਰੂਰ ਦੱਬ ਕੇ ਰੱਖਣਾ ਅਤੇ ਤੁਸੀਂ ਕਬੱਡੀ 105 ਨੂੰ ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਨੋਟ, ਅੱਜ ਹੋਣ ਵਾਲੇ ਕਬੱਡੀ ਦੇ ਮੈਚ, ਅੱਜ 16 ਦਸੰਬਰ 2023 ਦਿਨ ਸ਼ਨੀਵਾਰ ਨੂੰ ਕਿੱਥੇ ਕਿੱਥੇ ਕਬੱਡੀ ਦੇ ਮੈਚ ਹੋਣਗੇ ਤਾਂ ਦੋਸਤੋ, ਅੱਜ 12 ਜਗ੍ਹਾ 'ਤੇ ਕਬੱਡੀ ਦੇ ਮੈਚ ਹੋ ਰਹੇ ਆ ਅਤੇ ਲਗਭਗ ਬਹੁਤ ਵਧੀਆ ਸਾਰੇ ਕਬੱਡੀ ਦੇ ਮੈਚ ਹੋਣਗੇ। ਇਸ ਲਈ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਇਸ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਦੋਸਤੋ, ਅੱਜ ਕਬੱਡੀ ਦੇ ਮੈਚ ਕਰਵਾਏ ਜਾਣਗੇ, ਪਿੰਡ ਹੋਵੇਗਾ ਖੰਡੂਰ ਸਾਹਿਬ ਅਤੇ ਇੱਥੇ ਦੋਸਤੋ ਕਬੱਡੀ ਆਲ ਓਪਨ ਦੀਆਂ 6 ਅੰਤਰਰਾਸ਼ਟਰੀ ਕਲੱਬਾਂ ਖੇਡਣਗੀਆਂ। ਪਹਿਲਾ ਇਨਾਮ ਹੋਵੇਗਾ 1.5 ਲੱਖ ਰੁਪਏ ਅਤੇ ਦੂਜਾ ਇਨਾਮ ਹੋਵੇਗਾ 1 ਲੱਖ ਰੁਪਏ। ਬੈਸਟਾਂ ਨੂੰ 51,000 ਰੁਪਏ ਹੋਣਗੇ ਅਤੇ ਬਾਕੀ ਦੋਸਤੋ ਇੱਥੇ ਜਿਹੜੀਆਂ 6 ਟੀਮਾਂ ਖੇਡਣਗੀਆਂ ਉਹ ਹੋਣਗੀਆਂ ਬਾਬਾ ਬਲਵਿੰਦਰ ਸਿੰਘ ਕਬੱਡੀ ਕਲੱਬ ਖੰਡੂਰ ਸਾਹਿਬ, ਦੂਜੀ ਹੋਵੇਗੀ ਬੇ ਆਫ ਪਲਾਟੀ ਨਿਊਜ਼ੀਲੈਂਡ, ਤੀਜੀ ਹੋਵੇਗੀ ਬਾਬਾ ਬਿਧੀ ਚੰਦ ਜੀ ਕਬੱਡੀ ਕਲੱਬ ਫਰੰਦੀਪੁਰ, ਚੌਥੀ ਹੋਵੇਗੀ ਸ਼ਹੀਦ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲਾ, ਪੰਜਵੀਂ ਹੋਵੇਗੀ ਸ੍ਰੀ ਅਨੰਦਪੁਰ ਸਾਹਿਬ ਕਬੱਡੀ ਕਲੱਬ ਓਲੇਵਾਲ ਅਤੇ 6ਵੀਂ ਹੋਵੇਗੀ ਬਾਬਾ ਹਜ਼ਾਰਾ ਸਿੰਘ ਕਬੱਡੀ ਕਲੱਬ ਗੁਰਦਾਸਪੁਰ ਲਾਈਨ। ਹਾਂਜੀ ਦੋਸਤੋ, ਇੱਥੇ ਇਹ 6 ਟੀਮਾਂ ਪਹੁੰਚਣਗੀਆਂ ਅਤੇ ਵਧੀਆ ਮੈਚ ਕਰਵਾਏ ਜਾਣਗੇ, ਲਾਈਵ ਚੱਲੇਗਾ ਕਬੱਡੀ ਜੰਕਸ਼ਨ ਦੇ ਜ਼ਰੀਏ। ਇਸ ਤੋਂ ਅੱਗੇ ਦੋਸਤੋ ਜਿਹੜੇ ਕਬੱਡੀ ਦੇ ਮੈਚ ਕਰਵਾਏ ਜਾਣਗੇ, ਇਹ ਕਰਵਾਏ ਜਾਣਗੇ ਪਿੰਡ ਹੋਵੇਗਾ ਘਾਗਾ ਖੁਰਦ, ਜ਼ਿਲ੍ਹਾ ਹੋਵੇਗਾ ਫਾਜ਼ਿਲਕਾ। ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਹੋਣਗੇ, 3 ਖਿਡਾਰੀ ਬਾਹਰੋਂ ਖੇਡਣਗੇ, 16 ਟੀਮਾਂ ਦੇ ਮੈਚ ਹੋਣਗੇ। ਪਹਿਲਾ ਇਨਾਮ 61,000 ਰੁਪਏ ਆ, ਦੂਜਾ ਇਨਾਮ 41,000 ਰੁਪਏ ਆ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤੇ ਜਾਣਗੇ। ਅਤੇ ਬਾਕੀ ਦੋਸਤੋ ਇੱਥੇ ਕਬੱਡੀ 68 ਕਿੱਲੋ ਦੇ ਮੈਚ ਵੀ ਹੋ ਰਹੇ ਆ, 2 ਖਿਡਾਰੀ ਬਾਹਰੋਂ ਆ, 16 ਟੀਮਾਂ, ਪਹਿਲਾ ਇਨਾਮ 15,000 ਆ ਅਤੇ ਦੂਜਾ ਇਨਾਮ 11,000 ਆ। ਬੈਸਟ ਰੇਡਰ ਅਤੇ ਜਾਫੀ ਨੂੰ ਇੱਥੇ ਗੀਜਰ ਦਿੱਤੇ ਜਾਣਗੇ। ਅਤੇ ਲਾਈਵ ਦੀ ਗੱਲ ਕਰੀਏ ਤਾਂ ਲਾਈਵ ਚੱਲੇਗਾ ਦੋਸਤੋ ਇਸਦਾ kabaddi365.com ਦੇ ਜ਼ਰੀਏ ਅਤੇ kabaddi4k.com ਦੇ ਜ਼ਰੀਏ। ਹਾਂਜੀ ਦੋਸਤੋ, ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਮੈਚ ਕਰਵਾਏ ਜਾਣਗੇ ਬਹਿਰੀਨ ਦੇ ਵਿੱਚ ਅਤੇ ਇੱਥੇ ਵੀ ਦੋਸਤੋ ਅੱਜ ਵਧੀਆ ਕਬੱਡੀ ਦੇ ਮੈਚ ਕਰਵਾਏ ਜਾਣਗੇ ਕਿਉਂਕਿ ਬਹਿਰੀਨ ਦੇ ਵਿੱਚ ਵੀ ਕਈ ਖਿਡਾਰੀ ਆਪਣੇ ਪਹੁੰਚੇ ਹੋਏ ਆ ਇੱਧਰੋਂ, ਅਤੇ ਇਸਦਾ ਲਾਈਵ ਤੁਸੀਂ ਦੇਖੋਗੇ ਕਬੱਡੀ TV ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਕਰਵਾਏ ਜਾਣਗੇ ਹਰਿਆਣੇ ਦੇ ਵਿੱਚ, ਪਿੰਡ ਹੋਵੇਗਾ ਪਹੋਵਾ ਕੁਰਸੇਤਰ ਅਤੇ ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਹੋਣਗੇ, 3 ਖਿਡਾਰੀ ਬਾਹਰੋਂ ਖੇਡਣਗੇ, ਪਹਿਲਾ ਇਨਾਮ 71,000 ਆ, ਦੂਜਾ ਇਨਾਮ 51,000 ਆ। ਕੁਰਸੇਤਰ ਦੇ ਵਿੱਚ ਇਹ ਮੈਚ ਹੋ ਰਹੇ ਆ ਹਰਿਆਣੇ ਦੇ ਵਿੱਚ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਕਰਵਾਏ ਜਾਣਗੇ ਪਿੰਡ ਖੇੜੀ ਜਲਬ ਹਿਸਾਰ ਦੇ ਵਿੱਚ ਅਤੇ ਇਹ ਵੀ ਹਰਿਆਣੇ ਦੇ ਵਿੱਚ ਮੈਚ ਆ। ਇੱਥੇ ਕਬੱਡੀ 30 ਕਿੱਲੋ ਅਤੇ ਕਬੱਡੀ 57 ਕਿੱਲੋ ਦੇ ਮੈਚ ਆ, 30 ਕਿੱਲੋ ਨਰੋਲ ਦੇ ਮੈਚ ਆ, ਪਹਿਲਾ ਇਨਾਮ 4,100, ਦੂਜਾ ਇਨਾਮ 3,100 ਆ ਅਤੇ 57 ਕਿੱਲੋ ਵਿੱਚ 1 ਬਾਹਰੋਂ ਆ, ਪਹਿਲਾ ਇਨਾਮ 8,100 ਅਤੇ ਦੂਜਾ ਇਨਾਮ 6,500 ਰੁਪਏ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਕਰਵਾਏ ਜਾਣਗੇ ਪਿੰਡ ਫਤੂਈ ਵਾਲਾ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ। ਇੱਥੇ ਕਬੱਡੀ 42 ਕਿੱਲੋ 65 ਕਿੱਲੋ ਦੇ ਮੈਚ ਹੋਣਗੇ, 42 ਕਿੱਲੋ ਦਾ ਪਹਿਲਾ ਇਨਾਮ 2,100 ਆ, ਦੂਜਾ ਇਨਾਮ 1,500 ਆ ਅਤੇ 1 ਖਿਡਾਰੀ ਬਾਹਰੋਂ ਖੇਡ ਸਕਦਾ, ਅਤੇ 65 ਕਿੱਲੋ ਦਾ ਪਹਿਲਾ ਇਨਾਮ 6,500 ਰੁਪਏ ਆ, ਦੂਜਾ ਇਨਾਮ 5,100 ਆ ਅਤੇ 2 ਖਿਡਾਰੀ ਬਾਹਰੋਂ ਖੇਡ ਸਕਦੇ ਆ ਅਤੇ ਬੈਸਟਾਂ ਨੂੰ ਜੂਸਰ ਆ ਅਤੇ ਬਾਕੀ ਲੜਕਿਆਂ ਦਾ 100 ਮੈਚ ਵੀ ਕਰਵਾਇਆ ਜਾਵੇਗਾ 32 ਕਿੱਲੋ ਦਾ ਅਤੇ ਲਾਈਵ ਚੱਲ ਸਕਦਾ mazhalive.com ਦੇ ਜ਼ਰੀਏ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋਣਗੇ, ਇਹ ਕਰਵਾਏ ਜਾਣਗੇ ਪਿੰਡ ਹੋਵੇਗਾ ਗੁਰੂਸਰ, ਜ਼ਿਲ੍ਹਾ ਹੋਵੇਗਾ ਸ੍ਰੀ ਮੁਕਤਸਰ ਸਾਹਿਬ। ਇੱਥੇ ਦੋਸਤੋ ਕਬੱਡੀ 33 ਕਿੱਲੋ ਨਰੋਲ ਅਤੇ ਕਬੱਡੀ 55 ਕਿੱਲੋ 1 ਬਾਹਰੋਂ ਅਤੇ ਕਬੱਡੀ 65 ਕਿੱਲੋ 1 ਖਿਡਾਰੀ ਬਾਹਰੋਂ ਦੇ ਮੈਚ ਕਰਵਾਏ ਜਾਣਗੇ।
33 ਕਿਲੋ ਦਾ ਪਹਿਲਾ ਇਨਾਮ 3000 ਆ, ਦੂਜਾ ਇਨਾਮ 2000 ਆ। 55 ਕਿਲੋ ਦਾ ਪਹਿਲਾ ਇਨਾਮ 4000 ਆ, ਦੂਜਾ ਇਨਾਮ 3000 ਆ। ਅਤੇ ਬੈਸਟਾਂ ਨੂੰ ਪ੍ਰੀਸਾਂ, ਅਤੇ 65 ਕਿਲੋ ਦਾ ਪਹਿਲਾ ਇਨਾਮ 12000 ਆ, ਦੂਜਾ ਇਨਾਮ 9000 ਆ। ਅਤੇ ਬੈਸਟਾਂ ਨੂੰ ਪੱਖੇ ਆ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਮੈਚ ਕਰਵਾਏ ਜਾਣਗੇ ਪਿੰਡ ਪਾਲੀ ਜ਼ਿਲ੍ਹਾ ਬਠਿੰਡਾ। ਇੱਥੇ ਵਜਨੀ ਕਬੱਡੀ ਦੇ ਮੈਚ ਹੋ ਰਿਹਾ, ਕਬੱਡੀ 55 ਕਿਲੋ, 42 ਕਿਲੋ ਅਤੇ 35 ਕਿਲੋ ਦੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਹੋਣਗੇ ਪਿੰਡ ਚੋਟੀਆਂ ਸੰਗਰੂਰ ਦੇ ਵਿੱਚ। ਅਤੇ ਇੱਥੇ ਵੀ ਦੋਸਤੋ ਵਜਨੀ ਕਬੱਡੀ ਦੇ ਮੈਚ ਆ, ਕਬੱਡੀ 28 ਕਿਲੋ, 47 ਕਿਲੋ ਅਤੇ 57 ਕਿਲੋ। 28 ਕਿਲੋ ਨਰੋਲ ਦੇ ਮੈਚ ਆ, 57 ਕਿਲੋ ਅਤੇ 47 ਕਿਲੋ ਵਿੱਚ ਇੱਕ ਇੱਕ ਖਿਡਾਰੀ ਬਾਹਰੋਂ ਖੇਡੇਗਾ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਹੋ ਰਹੇ ਆ, ਇਹ ਹੋਣਗੇ ਝੰਡਾ ਵਾਲਾ, ਵਜੂਕਾ, ਬਠਿੰਡਾ। ਇੱਥੇ ਵੀ ਦੋਸਤੋ ਅੱਜ ਵਜਨੀ ਕਬੱਡੀ ਦੇ ਮੈਚ ਆ, 32 ਕਿਲੋ, 57 ਕਿਲੋ, ਨਰੋਲ ਪਿੰਡ ਵਾਰ। ਅਤੇ ਦੋਸਤੋ ਇੱਥੇ ਵਜਨੀ ਕਬੱਡੀ ਦੇ ਮੈਚ ਹੋਣਗੇ। ਇਸ ਤੋਂ ਅੱਗੇ ਜਿਹੜੇ ਕਬੱਡੀ ਦੇ ਮੈਚ ਆ, ਇਹ ਮੈਚ ਕਰਵਾਏ ਜਾਣਗੇ, ਪਿੰਡ ਹੋਵੇਗਾ ਰਾਣੀ ਵਾਲਾ। ਅਤੇ ਇੱਥੇ ਗੱਲ ਕਰੀਏ ਤਾਂ ਅੱਜ 16 ਦਸੰਬਰ ਨੂੰ ਕਲੱਬਾਂ ਦੇ ਮੈਚ ਹੋਣਗੇ, ਪਿੰਡ ਪੱਧਰ ਓਪਨ, 3 ਖਿਡਾਰੀ ਬਾਹਰੋਂ। ਅਤੇ ਪਹਿਲਾ ਇਨਾਮ 35,000 ਅਤੇ ਦੂਜਾ ਇਨਾਮ 30,000 ਰੁਪਏ ਹੋਵੇਗਾ। ਅਤੇ ਲਾਈਵ ਚੱਲੇਗਾ kabaddi365.com ਦੇ ਜ਼ਰੀਏ। ਹਾਂਜੀ, ਪਿੰਡ ਰਾਣੀ ਵਾਲਾ, ਜ਼ਿਲ੍ਹਾ ਤਰਨ ਤਾਰਨ ਸਾਹਿਬ। ਇਸ ਤੋਂ ਅੱਗੇ ਕਬੱਡੀ ਦੇ ਮੈਚ ਹੋ ਸਕਦੇ ਆ ਪਿੰਡ ਸੁਧਾਰ, ਜ਼ਿਲ੍ਹਾ ਲੁਧਿਆਣਾ ਦੇ ਵਿੱਚ। ਇੱਥੇ ਦੋਸਤੋ ਕਬੱਡੀ ਓਪਨ ਦੇ ਮੈਚ ਹੋਣਗੇ, 3 ਖਿਡਾਰੀ ਬਾਹਰੋਂ ਆ। ਪਹਿਲਾ ਇਨਾਮ 1,00,000, ਦੂਜਾ ਇਨਾਮ 75,000 ਅਤੇ ਬੈਸਟ ਨੂੰ 69-11 ਟਰੈਕਟਰ। ਅਤੇ 65 ਕਿਲੋ ਵਿੱਚ 2 ਖਿਡਾਰੀ ਬਾਹਰੋਂ ਖੇਡਣਗੇ। ਤਾਂ ਇਹ ਸੀ ਦੋਸਤੋ ਅੱਜ ਵੱਖ ਵੱਖ ਜਗ੍ਹਾ 'ਤੇ ਹੋਣ ਵਾਲੇ ਕਬੱਡੀ ਦੇ ਮੈਚ।